एस की जांच को लेकर जिस तरह की राजनीति शुरू हुई है उसमें आम आदमी पार्टी अकाली दल और कांग्रेस दोनों पर सवाल खड़े कर रही है जिसमें आम आदमी पार्टी का कहना है कि कांग्रेस ही अकाली दल का साथ दे रही है तो वहीं पंजाब कांग्रेस की बैठक में शामिल हुए आप पार्टी छोड़ चुके दो विधायकों पर आम आदमी पार्टी ने ऐतराज जाहिर करते हुए कहा है की नैतिकता के तौर पर पार्टी छोड़ चुके विधायकों को अभी पंजाब कांग्रेस की बैठक में नहीं जाना चाहिए था क्यूँकी अभी तक उनका इस्तीफा स्वीकार नहीं हुआ है ਦੇਖੋ ਐਸਆਈਡੀ ਨੇ ਚਲਾਨ ਪੇਸ਼ ਕੀਤਾਗਾ ਮੈਂ ਸਮਝਦਾ ਵੀ ਕੈਪਟਨ ਸਾਹਿਬ ਕਿਤੇ ਨਾ ਕਿਤੇ ਹਾਲੇ ਵੀ ਟੇਲ ਵਰਤ ਰਹੇ ਨੇ ਹਾਲੇ ਵੀ ਜਿਹੜਾ ਉਹਨਾਂ ਦਾ ਬਾਦਲ ਪ੍ਰੇਮ ਆ ਹਾਲੇ ਵੀ ਦਿਖ ਰਿਹਾ ਹੈਗਾ ਉਹ ਕਿਉਂ ਨਹੀਂ ਬਾਦਲਾਂ ਨੂੰ ਗ੍ਰਿਫਤਾਰ ਕਰ ਦੇ 24 ਘੰਟੇ ਦੇ ਵਿੱਚ ਵੀ ਗ੍ਰਿਫਤਾਰ ਕਰਨਾ ਚਾਹੀਦਾ ਤਾਂ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਨੂੰ ਸ਼ਾਂਤੀ ਮਿਲੇ ਕੈਪਟਨ ਸਾਹਿਬ ਕਿਤੇ ਨਾ ਕਿਤੇ ਮੈਨੂੰ ਹੀ ਲੱਗਦਾ ਚਲਾਨ ਪੇਸ਼ ਕਰਕੇ ਉਹਨਾਂ ਨੂੰ ਬੈਨੀਫਿਟ ਹੀ ਦੇ ਰਹੇ ਨੇ ਜਿਹੜਾ ਐਵਿਡੈਂਸ ਆ ਮੈਂ ਹਮੇਸ਼ਾ ਹੀ ਕਹਿ ਰਿਹਾਗਾ ਕਿ ਜਿਹੜਾ ਐਵਿਡੈਂਸ ਆ ਉਹ ਬੜਾ ਵੀਕ ਟਾਈਪ ਐਵਿਡੈਂਸ ਜਿਹੜਾ ਕੋਰਟ ਅੱਜ ਪੇਸ਼ ਕੀਤਾ ਜਾ ਰਿਹਾਗਾ ਜਾਣ ਬੁਝ ਕੇ ਕੀਤਾ ਜਾ ਰਿਹਾ ਤਾਂ ਕਿ ਬਾਦਲ ਨੂੰ ਹੀਰੋ ਬਣਾਇਆ ਜਾ ਸਕੇ ਔਰ ਜੇਕਰ ਕੈਪਟਨ ਸਾਹਿਬ ਇਮਾਨਦਾਰ ਨੇ ਜ਼ਿਕਰ ਕੈਪਟਨ ਸਾਹਿਬ ਸੱਚੇ ਸੁੱਚੇ ਨੇ ਕਿ ਤਾਂ ਤੁਰੰਤ ਬਾਦਲ ਨੂੰ ਗ੍ਰਿਫਤਾਰ ਕਰਕੇ ਅੰਦਰ ਦੇਣਾ ਚਾਹੀਦਾ ਦੇਖੋ ਜਿਹੜੀ ਐ ਜਿਹੜੀ ਬੜੀ ਹਕੂਮਤ ਵਿਜੇਪਤਾਪ ਦੇ ਮੈਂਬਰ ਨੇਗੇ ਐਸਆਈਟੀ ਦਾ ਹੈੱਡ ਹੋਰ ਨੇਗੇ ਸੋ ਮੈਂ ਸਮਝਦਾ ਵੀ ਐਸਆਈਟੀ ਨੂੰ ਇਮਾਨਦਾਰੀ ਨਾਲ ਕੰਮ ਕਰਕੇ ਜਿਹੜੇ ਵੀ ਦੋਸ਼ੀ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਔਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ 2000 1986 ਦੇ ਵਿੱਚ ਵੀ ਪੰਜਾਬ ਵਿੱਚ ਕੈਪਟਨ ਅਕਾਲੀ ਦਲ ਦੀ ਸਰਕਾਰ ਸੀ ਕੈਪਟਨ ਸਾਹਿਬ ਉਸ ਸਰਕਾਰ ਦੇ ਵਿੱਚ ਵੀ ਮਿਨਿਸਟਰ ਸੀ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਮੈਂ ਸਮਝਦਾ ਵੀ ਜਿਹੜੀ ਇਹ ਬੇਅਦਬੀ 2015 ਦੀ ਇਹ ਸੇਮ ਉਸੇ ਸਟਾਈਲਸ ਕੀਤੀ ਆ ਕਿਉਂਕਿ ਅਕਾਲੀ ਦਲ ਜਿਹੜਾ ਹੈਗਾ ਹਮੇਸ਼ਾ ਬਰਤੋ ਜਿਹੜੀ 1986 ਦਿਖਾਈ ਦਿੰਦੀ ਆ ਔਰ ਹੁਣ ਜਿਹੜੀ 2015 ਦਿਖਾਈ ਦਿੰਦੀ ਆ ਸੋ ਇੱਥੋਂ ਪਤਾ ਲੱਗਦਾ ਵੀ ਇਹ ਜਿਹੜੀਆਂ ਪਾਰਟੀਆਂ ਨਹੀਂ ਆ ਇਹ ਜਾਣਬੁੱਝ ਕੇ ਗੁਰਗਰ ਸਾਹਿਬ ਦੀ ਬੇਅਦਬੀ ਕਰਕੇ ਲੋਕਾਂ ਦਾ ਵੋਟਾਂ ਮਟੋਰਨੇ ਚਾਹੁੰਦੀਆਂ ਨੇਗੀ ਚੰਡੀਗੜ੍ਹ ਸੇ ਵਿਨੋਦ ਕੁਮਾਰ ਕੀ ਰਿਪੋਰਟ ਇਸੀ ਤਰ੍ਹਾਂ ਦੀਆਂ ਖਬਰੋਆਂ ਕੇ ਲਿए ਦੇਖਤੇ ਰਹੀਏ ਯੈਸ ਟੀਵੀ